जलंधर के थाना राम मंडी के अधीन आते अजीत विहार च इलाका वासियों ने रंग रलियां मनाते दो लड़के अते दो कुड़ियां नू काबू किया। इलाका वासियों दसे कि पहला भी कई बार इस गैसट हाउस बारे पुलिस नू शिकायत दी जा चुकी है पर कोई भी कार्रवाई नहीं की गई है। इसके चलद अज इतने दो मुंडे दो कुड़ियां नू फड़िया जिसते तुरंत बाद पुलिस नू इसकी जानकारी दी गई है। इलाका वासियों का कहना है कि तीन घंटिया के बाद दोपहर करीब एक बजे पुलिस इतने पहुंची है। दूजे पासे थाना रामगढ़ की सब इंस्पैक्टर ने दस्सिया कि सूचना मिलने तो बाद जदों वह मौके पर इत्थे पहुंचे तो दो कुड़ियां अते दो मुंडियां नू फड़ लिया गया। इस दे नाल ही एक होर मुंडा जो इत्थे काम करता है उसनू पुछगिछ लई नाल लिजाया गया। जांच तो बाद ही बनदी कार्रवाई की जाएगी। की गल की है भाजी? इत्थे गैस हाउस खुलिया है महल्ले दे विच और काफ़ी चिर तो चलता पिया है। काफ़ी बार कंप्लेट भी की, इलीगल काम चलता है इत्थे विच, नशे पत्ते भी चलते हैं, मुंडे कुड़ियां आते हैं ते इत्थे देंदे किराए ते कमरा ते सारा दिन मस्ती चलती है। असीं कंप्लेंट की पुलिस नूं पहला भी, रात नूं एक बार रेड होई सी ते मुंडे कुड़ियां फड़े गए ते उन्हें कुड़ी ने एडमिट भी किया कि मैनूं इत्थे पैसे दे के बुलाया गया ते एरकी इन्होंने पुलिस ने दोबारा रेड की, सवेरे 10 बजे की कॉल की है ते हुण जाके अराउंड 12:30 एक बज गया जी ते हुण पुलिस पहुंची है ते कार्रवाई देखो की हुंदी है। ਅੱਜ ਵੀ ਮੁੰਡੇ ਦੋ ਮੁੰਡੇ ਦੇ ਕਿਸ ਦਾ ਹੋਟਲ ਗੈਸਟ ਹਾਊਸ ਹੈਗਾ? ਬ੍ਰਿਗੇਡੀਅਰ ਹੈ ਕੋਈ ਜਸਵਾਲ ਉਹਦਾ ਹੈ। ਏਰੀਆ ਕਿਹੜਾ ਹੈ? ਅਜੀਤ ਵਿਹਾਰ ਰਾਮਾ ਮੰਡੀ। ਕੀ ਇਹ ਮੁਹੱਲੇ ਦੇ ਵਿੱਚ ਖੋਲ ਸਕਦਾ? ਇਸ ਦੇ ਬਾਰੇ ਨਗਰ ਨਿਗਮ ਦੇ ਨਾਲ ਗੱਲਬਾਤ ਕੀਤੀ ਤੁਸੀਂ? ਨਹੀਂ ਬਟ ਰੈਜ਼ੀਡੈਂਸ਼ੀਅਲ ਏਰੀਆ ਵਿੱਚ ਨਹੀਂ ਇੱਦਾਂ ਕੰਮ ਹੋ ਸਕਦਾ। ਇਹ ਜੇ ਖੁੱਲ੍ਹਾ ਤੁਸੀਂ ਆਪਣਾ ਕਮਰਸ਼ੀਅਲ ਏਰੀਆ 'ਚ ਜਾ ਕੇ ਲਓ। ਨਹੀਂ, ਇਸ ਬਾਰੇ ਤੁਸੀਂ ਨਗਰ ਨਿਗਮ ਨੂੰ ਕੰਪਲੇਂਟ ਕੀਤੀ? ਇਸ ਬਾਰੇ ਅਸੀਂ ਰਿਟਨ ਕੰਪਲੇਂਟ ਵੈਸੇ ਕੀਤੀਆਂ ਹੋਈਆਂ ਬਟ ਅਜੇ ਤੱਕ ਕੋਈ ਉਹਦੀ ਕਾਰਵਾਈ ਜੀ ਪੁਲਿਸ ਨੇ ਵੀ ਇਸ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਪਹਿਲਾਂ ਵੀ। ਹੁਣ ਅੱਜ ਪੁਲਿਸ ਆਈ ਹੈ ਕਿ ਵਿਸ਼ਵਾਸਨ ਕੀ ਦਿੱਤਾ? ਕਹਿੰਦੇ ਕਿ ਦੇਖਦੇ ਹਾਂ ਕੀ ਬਣਦਾ ਪਰ ਸਾਨੂੰ ਲੱਗਦਾ ਨਹੀਂ ਕਾਰਵਾਈ ਹੋਊ ਕੋਈ। ਠੀਕ ਹੈ, ਕੀ ਮਾਮਲਾ ਕੀ ਹੈ ਜੀ? ਅੱਜ ਇਨਫੋਰਮੇਸ਼ਨ ਮਿਲੀ ਕਿ ਇੱਕ ਅਜੀਤ ਵਿਹਾਰ ਦੇ ਵਿੱਚ ਰੈੱਡ ਹਾਊਸ ਵਿਲਾ ਤੇ ਗ੍ਰੀਨ ਹਾਊਸ ਗੈਸਟ ਹਾਊਸ ਇਹਦੇ ਵਿੱਚ ਕੋਈ ਗਲਤ ਕੰਮ ਚੱਲਦਾ ਹੈ। ਇਹਦੇ ਵਿੱਚ ਕਮਰੇ ਵਗੈਰਾ ਬੁੱਕ ਕੀਤੇ ਜਾਂਦੇ ਆ। ਉੱਥੇ ਆਣ ਕੇ ਦੇਖਿਆ ਦੋ ਲੜਕੇ ਅਤੇ ਦੋ ਲੜਕੀਆਂ ਸੀਗੀਆਂ ਮੌਕੇ ਦੇ ਉੱਤੇ। ਉਹਨਾਂ ਦੇ ਐਡਰੈਸ ਵਗੈਰਾ ਲਿਖ ਕੇ ਅਤੇ ਉਹਨਾਂ ਨੂੰ ਬਿਠਾਇਆ, ਲੈ ਕੇ ਚੱਲੇ ਹਾਂ, ਅਸੀਂ ਵੈਰੀਫਾਈ ਕਰਾਂਗੇ, ਬਾਕੀ ਦੇਖਦੇ ਹਾਂ ਜੋ ਬਣਦੀ ਕਾਰਵਾਈ ਕਰਾਂਗੇ। ਸਰ ਹੋਟਲ ਦਾ ਮਾਲਕ ਨਾਂ ਕੀ? ਓਏ ਉਹਦੇ ਵਿੱਚ ਉਹਨਾਂ ਨੇ ਬੁਕਿੰਗ ਕਰਵਾਈ ਹੋਈ ਹੈ, ਉਹ ਸਾਰਾ ਚੈੱਕ ਕਰ ਲਾਂਗੇ। ਕੀ ਸਰ ਹੋਟਲ ਦੇ ਮਾਲਕ ਨੂੰ ਵੀ ਲੈ ਕੇ ਜਾ ਰਹੇ ਜਾਂ ਕਿਹੜੇ ਸਟਾਫ ਦੇ? ਮੌਕੇ 'ਤੇ ਨਹੀਂ ਮਿਲਿਆ ਜੀ। ਕੀ ਉਹਦੇ ਸਟਾਫ ਨੂੰ ਲੈ ਕੇ ਜਾ ਰਹੇ ਹੋ? ਸਟਾਫ ਲੜਕਾ ਇੱਕ ਜਿਹਨੇ ਬੁਕਿੰਗ ਕੀਤੀ ਉਹ ਸਫਾਈ ਸਫੂਈ ਦਾ ਕੰਮ ਕਰਦਾ ਇੱਥੇ, ਉਹਨੂੰ ਲੈ ਕੇ ਜਾਵਾਂਗੇ। ਸਰ ਲੋਕਾਂ ਦਾ ਕਹਿਣਾ ਤਾਂ ਪਹਿਲਾਂ ਵੀ ਕੰਮ ਹੋ ਚੁੱਕਿਆ, ਕੋਈ ਕਾਰਵਾਈ ਨਹੀਂ ਇੱਥੇ ਹੋਈ। ਵੈਰੀਫਾਈ ਕਰਦੇ ਹਾਂ ਜੇ ਜੋ ਬਣਦੀ ਕਾਰਵਾਈ ਕਰਾਂਗੇ। ਸਰ ਉਹਨਾਂ ਮਹੱਲੇ ਵਾਲਾ ਦਾ ਇਹ ਵੀ ਕਹਿਣਾ ਮਹੱਲੇ ਦੇ ਵਿੱਚ ਜੋ ਗੈਸਟ ਹਾਊਸ ਖੁੱਲ੍ਹਿਆ ਹੋਇਆ ਅਤੇ ਅਲਾਊਡ ਨਹੀਂ ਹੈ ਖੋਲ ਸਕਦਾ। ਵੈਰੀਫਾਈ ਕਰ ਲੈਂਦੇ, ਜੇ ਨਹੀਂ ਅਲਾਊਡ ਬੰਦ ਕਰਾ ਦੇਵਾਂਗੇ। ਸਰ ਉਹ ਕਹਿੰਦੇ 2-3 ਘੰਟੇ ਕੇ ਪੁਲਿਸ ਨੂੰ ਫੋਨ ਕੀਤਾ, ਪੁਲਿਸ ਪਹੁੰਚੀ ਨਹੀਂ, ਬਹੁਤ ਪਰੇਸ਼ਾਨੀ ਤੁਹਾਨੂੰ ਆਈ, ਅਸੀਂ ਮੌਕੇ 'ਤੇ ਫੜਿਆ। ਥੋੜ੍ਹੀ ਪ੍ਰੋਬਲਮ ਸੀਗੀ, ਇੱਕ ਐਸ ਸੀ ਕਮਿਸ਼ਨ ਦੇ ਮੈਂਬਰ ਆਏ ਹੋਏ ਸੀ, ਉੱਥੇ ਡਿਊਟੀ ਲੱਗੀ ਫੋਰਸ ਦੀ ਸਾਰੀ, ਉਹਦਾ ਕਰਕੇ ਸ਼ਮਸ਼ਾਨ ਘਾਟ ਦਾ ਕੋਈ ਝਗੜਾ ਸੀ, ਥੋੜ੍ਹਾ ਲੇਟ ਹੋਇਆ, ਬਾਕੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ। ਸਰ ਕੈਸਟਰ ਬੰਦ ਹੋਏਗਾ ਹੁਣ? ਜੋ ਬਣਦੀ ਦੇਖਾਂਗੇ, ਜੇ ਆਪਣੇ ਡੀ ਸੀ ਸਾਹਿਬ ਨਾਲ ਕੰਟੈਕਟ ਕਰਾਂਗੇ, ਜੇ ਬੰਦ ਹੋਣਾ ਹੋਇਆ ਤਾਂ ਜ਼ਰੂਰ ਕਰਾਵਾਂਗੇ, ਬੰਦ ਕਰਾਵਾਂਗੇ। ਬਿਊਰੋ ਰਿਪੋਰਟ, ਐਕਸ਼ਨ ਪੰਜਾਬ।